प्रदूषण लगातार वाधा जा रहा है। पंजाब दे विच कल 3000 के करीब मामले सामने आए हैगे सीगे, तां फिरोजपुर दे विच हैगे आ। फिरोजपुर दे विच इस वेले की स्थिति हैगी है तां उस दे बारे भी दस देना चाहुंदे हैगे आ। फिरोजपुर दे विच कल 296 के करीब जिहड़े आ केस रिपोर्ट होए ने, जिथे पराली नूं अग लगाई गई हैगी है। ਤਾਂ ਇਸ ਟਾਈਮ ਜਿਹੜੇ ਹਾਲਾਤ ਹੈਗੇ ਆ, ਸਮੋਗ ਜਿਹੜੀ ਆ ਫਿਰੋਜ਼ਪੁਰ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆਉਂਦੀ ਹੈਗੀ ਆ। ਹਾਲੇ ਵੀ ਕਈ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਲਗਾਉਂਦੇ ਹੈਗੇ ਨੇ। ਤਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿੱਦਾਂ ਧੂੰਆਂ ਜਿਹੜਾ ਉਹ ਖੇਤਾਂ ਦੇ ਵਿੱਚੋਂ ਨਿਕਲਦਾ ਹੋਇਆ ਨਜ਼ਰ ਆਉਂਦਾ ਹੈਗਾ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਸ ਵੇਲੇ ਜਿਹੜਾ ਕਿਸਾਨ ਹੈ ਉਹ ਪਰਾਲੀ ਨੂੰ ਅੱਗ ਲਗਾ ਦਿੰਦੇ ਹੈਗੇ ਆ ਤਾਂ ਕਿ ਸ਼ਾਮ ਤੱਕ ਜਿਹੜਾ ਉਹ ਖਤਮ ਹੋ ਜਾਵੇ। ਪਰ ਕਈ ਕਿਸਾਨ ਸ਼ਾਮ ਨੂੰ ਵੀ ਅੱਗ ਲਗਾ ਦਿੰਦੇ ਆ, ਜਿਹੜਾ ਰਾਤ ਨੂੰ ਜਿਹੜਾ ਕਾਫੀ ਧੂੰਆਂ ਜਿਹੜਾ ਉਹ ਹੋ ਜਾਂਦਾ ਕਿਉਂਕਿ ਹਵਾ ਦੇ ਵਿੱਚ ਮਿਕਸ ਹੋ ਜਾਂਦਾ। ਅਤੇ ਸਮੋਗ ਜਿਹੜੀ ਤੁਸੀਂ ਇਸ ਟਾਈਮ ਦੇਖ ਸਕਦੇ ਹੈਗੇ ਹੋ, ਹਾਈਵੇ ਦੇ ਉੱਪਰ ਅਸੀਂ ਮੌਜੂਦ ਹੈਗੇ ਹਾਂ। ਇਸ ਪਾਸੇ ਦੀਆਂ ਮੈਂ ਕਹੂੰਗਾ ਤਸਵੀਰਾਂ ਦਿਖਾ ਦੇਣਗੇ ਕੈਮਰਾਮੈਨ ਕਿ ਸਮੋਗ ਜਿਹੜੀ ਹੈ ਉਹ ਹਵਾ ਦੇ ਵਿੱਚ ਕੁਲੀ ਹੋਈ ਹੈ, ਜਿਹਦੇ ਕਰਕੇ ਪੋਲਿਊਸ਼ਨ ਹੋਇਆ ਔਰ ਇਸ ਚੀਜ਼ ਦੇ ਨਾਲ ਕਾਫੀ ਹਾਦਸੇ ਵੀ ਜਿਹੜੇ ਆ ਉਹ ਹੋ ਜਾਂਦੇ ਹੈਗੇ ਆ। ਤਾਂ ਹਾਈਵੇ ਦੇ ਉੱਪਰ ਅਸੀਂ ਮੌਜੂਦ ਹਾਂ, ਗੰਗਾਨਗਰ ਹਾਈਵੇ ਫਿਰੋਜ਼ਪੁਰ ਤੋਂ ਗੰਗਾਨਗਰ, ਸ਼੍ਰੀ ਗੰਗਾਨਗਰ ਹਾਈਵੇ 'ਤੇ ਜਿਹੜੀ ਜਾਂਦੀਆਂ ਹੈਗੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ, ਇੱਧਰੋਂ ਆ ਰਹੇ ਹੈਗੇ ਅਤੇ ਉੱਧਰੋਂ ਜਾ ਰਹੇ ਹੈਗੇ ਨੇ। ਤਾਂ ਜਿਹੜੀ ਇਸ ਵੇਲੇ ਜਿਹੜੀ ਤਸਵੀਰ ਹੈ ਉਹ ਅਸੀਂ ਦਿਖਾ ਰਹੇ ਹੈਗੇ ਹਾਂ ਔਰ ਕਿਸਾਨਾਂ ਦੇ ਨਾਲ, ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ, ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਦਾ ਵੀ ਕਹਿਣਾ ਕਿ ਹੱਲ ਜਿਹੜਾ ਉਹ ਹੋਣਾ ਚਾਹੀਦਾ ਹੈਗਾ। ਕਿਸਾਨ ਵੀ ਨਹੀਂ ਚਾਹੁੰਦੇ ਹੈਗੇ ਕਿ ਪਰਾਲੀ ਨੂੰ ਅੱਗ ਲਗਾਈ ਜਾਵੇ, ਕਿ ਸਰਕਾਰ ਔਰ ਪ੍ਰਸ਼ਾਸਨ ਕੋਈ ਹੱਲ ਕੱਢੇ। ਤਾਂ ਉੱਧਰੋਂ ਸਰਕਾਰ ਔਰ ਪ੍ਰਸ਼ਾਸਨ ਜਿਹੜੀ ਕਿਸਾਨਾਂ ਨੂੰ ਲਗਾਤਾਰ ਅਪੀਲ ਕਰ ਰਹੀ ਹੈਗੀ, ਉਹਨਾਂ ਦਾ ਕਹਿਣਾ ਕਿ ਨਾਲ ਖੜ੍ਹੇ ਹੈਗੇ ਆ, ਸੰਦ ਜਿਹੜੇ ਆ ਮੁਹੱਈਆ ਕਰਵਾ ਰਹੇ ਹੈਗੇ ਆ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਨਾ ਲਗਾਉਣ। ਪਰ ਵੇਖਿਆ ਜਾਵੇ ਤਾਂ ਪ੍ਰਦੂਸ਼ਣ ਜਿਹੜਾ ਉਹ ਕਾਫੀ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਔਰ ਹਾਲੇ ਵੀ ਕਈ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਲਗਾਉਂਦੇ ਹੋਏ ਨਜ਼ਰ ਆਉਂਦੇ ਹੈਗੇ ਨੇ। ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ, ਲਿਵਿੰਗ ਇੰਡੀਆ ਨਿਊਜ਼, ਪੰਜਾਬ, ਫਿਰੋਜ਼ਪੁਰ।